ਇਹ ਤਸਵੀਰ ਕਪੂਰਥਲਾ ਤੇ ਪਿੰਡ ਸਿੱਧਵਾ ਦੂਨਾ ਚ ਵਿਆਹੀ ਅਮਨਦੀਪ ਕੌਰ ਨਾਂ ਦੀ ਉਸੇ ਕੁੜੀ ਦੀ ਹੈ ਜਿਸ ਦੇ ਘਰ ਵਾਲੇ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦਾ ਸਹੁਰਾ ਅਕਸਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਪਰ ਕੁਝ ਦਿਨ ਪਹਿਲਾਂ ਇਸ ਕੁੜੀ ਨਾਲ ਸਾਰੀਆਂ ਹੱਦਾਂ ਟੱਪ ਉਹ ਜੋ ਕੁਝ ਕਰ ਗਿਆ ਕੁੜੀ ਦੀ ਭੇਦ ਭਰੇ ਹਾਲਾਤਾਂ 'ਚ ਹਸਪਤਾਲ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਜਿਸ ਦਾ ਸਾਰਾ ਦੋਸ਼ ਕੁੜੀ ਦੇ ਸਹੁਰੇ 'ਤੇ ਲਗਾ ਉਸ ਦੇ ਪੇਕਿਆਂ ਨੇ 306 ਦਾ ਪਰਚਾ ਵੀ ਦਰਜ ਕਰਵਾ ਦਿੱਤਾ ਪਰ ਪਰਚਾ ਦਰਜ ਕਰਾਉਣ ਤੋਂ ਬਾਅਦ ਅੱਗੇ ਜੋ ਕੁਝ ਹੋਇਆ ਉਹ ਹੋਰ ਵੀ ਹੈਰਾਨ ਕਰ ਦੇਣ ਵਾਲਾ ਸੀ ਮੇਰੀ ਸਿਸਟਰ ਸੀ ਅਮਨਦੀਪ ਉਹਦਾ ਇਹਨਾਂ ਨੇ ਮਰਡਰ ਕਰ ਦਿੱਤਾ ਉਹਦੇ ਸਹੁਰੇ ਨੇ ਪ੍ਰਮੋਦ ਕੁਮਾਰ ਨੇ ਠੀਕ ਹੈ ਜੀ ਅਸੀਂ ਉਹਦੇ ਉੱਤੇ ਕੇਸ ਕੀਤਾ ਜੀ ਇੱਥੇ 306 ਦਾ ਪਰਚਾ ਦਰਜ ਕਰਵਾਇਆ ਸੀ ਉਹਨੂੰ ਅੰਦਰ ਕਰਾ ਕੇ ਗਏ ਸੀ ਪਰ ਉਹਨਾਂ ਨੇ 2 ਦਿਨ ਬਾਅਦ ਉਹਨੂੰ ਛੱਡ ਦਿੱਤਾ ਠੀਕ ਹੈ ਹੁਣ ਅਸੀਂ ਇੱਥੇ ਆਏ ਸੀਗੇ ਥਾਣੇ ਅੱਗੇ ਇਹ ਸਾਨੂੰ ਕਹਿਣ ਡਿਆ ਕਿ ਉਹਦੇ ਖਿਲਾਫ਼ ਕੋਈ ਐਵੀਡੈਂਸ ਦਿਓ ਪ੍ਰੂਫ ਦਿਓ ਫਿਰ ਅਸੀਂ ਇਹਨੂੰ ਅੰਦਰ ਕਰ ਸਕਦੇ ਤਾਂ ਅਸੀਂ ਉਹਨੂੰ ਅੰਦਰ ਨਹੀਂ ਰੱਖ ਸਕਦੇ ਸਾਡੇ ਕੋਲ ਹੈ ਨਹੀਂ ਗਾ ਕੋਈ ਵੀ ਇਹਦੇ ਬਾਰੇ ਪ੍ਰੂਫ ਹੈਗੀ ਹੈ ਕਿ ਸਾਨੂੰ ਇਨਸਾਫ ਮਿਲੇ ਅਸੀਂ ਇੱਥੇ ਸਾਨੂੰ 17 ਤਰੀਕ ਤੱਕ ਕਿਹਾ ਕਿ 17 ਤਰੀਕ ਤੱਕ ਤੁਹਾਨੂੰ ਸਾਡਾ ਕਲੀਅਰ ਹੋ ਜਾਊ ਪਰ ਇਹ ਪਲਾਨ ਇਹਨਾਂ ਦਾ ਸਾਰਿਆਂ ਦਾ ਮਿਲ ਕੇ ਆ ਠੀਕ ਹੈ ਉਹਦਾ ਸਹੁਰਾ ਪਹਿਲਾਂ ਵੀ ਉਹਨੂੰ ਕੁੱਟਦਾ ਰਹਿੰਦਾ ਸੀ ਅਸੀਂ ਆਏ ਹਾਂ 2-4 ਵਾਰੀ ਇਹਨਾਂ ਦੇ ਇਹਨਾਂ ਦਾ ਸਾਬਕਾ ਜਿਹੜਾ ਸਰਪੰਚ ਸੀ ਉਹਦੇ ਕੋਲ ਗਏ ਸੀ ਉਹਨੇ ਫੋਨ ਕੀਤਾ ਇਹ ਆਇਆ ਨਹੀਂ ਸੀ ਗਾਲਾਂ ਕੱਢਦਾ ਹੀ ਅੱਗੇ ਕਿ ਮੈਂ ਨਹੀਂ ਆਉਣਾ ਹੈਗਾ ਮੈਂ ਬਸਾਂ ਨਹੀਂ ਦੇਣੀ ਮੈਂ ਮਾਰ ਦੇਣੀ ਹੈ ਰੱਖਣੀ ਨਹੀਂ ਇੱਥੇ ਇਹ ਸਾਨੂੰ ਵਾਰ ਵਾਰ ਕਹਿੰਦਾ ਸੀ ਅਸੀਂ ਕੁੜੀ ਨੂੰ ਵੀ ਗੱਲ ਕੀਤੀ ਇਹਨਾਂ ਦੀ ਮੰਮੀ ਜਿਹੜੀ ਹੈ ਸਾਸੇ ਦੀ ਸੀ ਉਹ ਹਰ ਵਾਰੀ ਕਹਿੰਦੀ ਕਿ ਮੇਰੀ ਇੱਜ਼ਤ ਜਿਹੜੀ ਆ ਉਹ ਖਰਾਬ ਹੋ ਜਾਣੀ ਹੈ ਤੁਸੀਂ ਮੇਰੇ ਕਰਕੇ ਛੱਡ ਦਿਓ ਅਸੀਂ ਅਲੱਗ ਰਹਿਣ ਲੱਗ ਪਏ ਹਾਂ ਹੁਣ ਇੱਥੇ ਨਹੀਂ ਆਊਗਾ ਪਰ ਉਹ ਫਿਰ ਵੀ ਆ ਕੇ ਇੱਥੇ ਇਹਨਾਂ ਨੂੰ ਗਾਲਾਂ ਕਰਦਾ ਤੰਗ ਕਰਦਾ ਸੀਗਾ ਇਹਨਾਂ ਨੂੰ ਵਾਰ ਵਾਰ ਉਹ ਸਵੇਰੇ ਹੀ ਸ਼ਰਾਬ ਪੀ ਲੈਂਦਾ ਸ਼ਰਾਬੀ ਆ ਉਹ ਸ਼ਰਾਬ ਦੇ ਨਸ਼ੇ ਵਿੱਚ ਕਰਦਾ ਜਾਂ ਕਿਉਂ ਵੀ ਆ ਉਹਦਾ ਸ਼ੁਰੂ ਤੋਂ ਰਵੱਈਆ ਇੱਦਾਂ ਦਾ ਮੇਰੀ ਬੇਟੀ ਦੀ ਹੱਤਿਆ ਹੋਈ ਆ ਜਦਕਿ ਇਹਦਾ ਸਹੁਰਾ ਜਦੋਂ ਅਸੀਂ ਜਾਈਦਾ ਪਹਿਲਾਂ ਵੀ ਕੁੱਟਮਾਰ ਕਰਕੇ ਉਹਨੂੰ ਧਮਕੀਆਂ ਰਾਤ ਦਿਨੇ ਪੈਂਦਾ ਸੀ ਤੈਨੂੰ ਅਸੀਂ ਰਹਿਣ ਨਹੀਂ ਦੇਣਾ ਇੱਥੇ ਬਸਣ ਨਹੀਂ ਦੇਣਾ ਹੈਗਾ ਜਦੋਂ ਅਸੀਂ ਜਾਈਦਾ ਸੀ ਪੁੱਛਣ ਘਰੋਂ ਭੱਜ ਜਾਂਦਾ ਸੀਗਾ ਅਤੇ ਬੇਟੀ ਮੇਰੇ ਕਹਿੰਦੀ ਸੀ ਪੇਰੇ ਮੈਨੂੰ ਮਾਰ ਦੇਣਾ ਆ ਲੇਕਿਨ ਅਸੀਂ ਕਹਿੰਦੇ ਅਸੀਂ ਘਰ ਸਾਡੇ ਨਾਲ ਚੱਲ ਚੱਲ ਉਹ ਕਹਿੰਦੀ ਸੀ ਮੈਂ ਜਾਣਾ ਨਹੀਂ ਮੈਂ ਆਪਣੇ ਥਾਂ ਘਰ ਵਿੱਚ ਰਹਿੰਦੀ ਮੈਂ ਇੱਥੇ ਵਿਆਹ ਕੇ ਇੱਥੇ ਹੀ ਰਹਿਣਾ ਇਹ ਮੈਨੂੰ ਬਹੁਤ ਧਮਕੀਆਂ ਦੇ ਕੇ ਮੈਨੂੰ ਟੋਰਚਰ ਰਾਤ ਦਿਨੇ ਕਰ ਪਰੇਸ਼ਾਨ ਬਹੁਤ ਕਰਦਾ ਸਹੁਰਾ ਤੇ ਇੱਕ ਇਹਨਾਂ ਦਾ ਮਾਮਲਾ ਜਿਹੜਾ ਕਿ ਚੱਲਦਾ ਆ ਰਿਹਾ ਇੱਥੇ 2-3 ਸਾਲ ਹੋ ਗਏ ਇਸ ਗੱਲ ਤੇ ਇਸ ਸੰਬੰਧੀ ਪਹਿਲਾਂ ਨੂੰ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਸ਼ਿਕਾਇਤ ਕੀਤੀ ਨਹੀਂ ਜੈਸੇ ਜਾਈਦਾ ਸੀਗਾ ਕੋਈ ਕੁੜੀ ਦੱਸਦੀ ਸੀ ਪਏ ਕਦੀ ਮੇਰੇ ਰੂਮ 'ਚ ਆ ਕੇ ਮੈਨੂੰ ਗਾਲਾਂ ਕੱਢਦਾ ਮੈਨੂੰ ਗਲਤ ਗੱਲਾਂ ਕਹਿੰਦਾ ਆ ਸੱਸ ਸਹੁਰਾ ਅਤੇ ਉਹਦਾ ਘਰ ਵਾਲਾ ਪੈਰੀ ਸਾਡੇ ਪੈ ਜਾਂਦੇ ਸੀ ਸਾਡੀ ਇੱਜ਼ਤ ਦਾ ਸਵਾਲ ਵਾ ਇਹ ਇੱਦਾਂ ਦਾ ਹੀ ਇਹ ਸ਼ਰਾਬੀ ਆ ਇਹ ਕੰਮ ਕਰਦਾ ਆ ਸਾਡੀ ਇੱਜ਼ਤ ਦਾ ਸਵਾਲ ਅਸੀਂ ਕੁੜੀ ਦੇ ਨਾਲ ਅਸੀਂ ਹਰ ਇੱਕ ਤਰ੍ਹਾਂ ਸਹਿਮਤ ਅਸੀਂ ਆਪਣੀ ਕੁੜੀ ਨੂੰ ਕਹਿਣਾ ਸਾਡੇ ਨਾਲ ਆ ਜਾ ਸਾਡੇ ਕੋਲ 'ਚ ਕਹਿੰਦੀ ਨਹੀਂ ਮੇਰੇ ਘਰ ਦੇ ਮੇਰੇ ਨਾਲ ਸਹਿਮਤ ਮੈਂ ਇੱਥੇ ਹੀ ਰਹਿਣਾ ਮੁੜ ਕੇ ਹੁਣ ਸਾਨੂੰ ਕੁਛ ਨਹੀਂ ਇਹਦੀ ਸੱਸ ਦਾ ਫੋਨ ਗਿਆ ਮੈਨੂੰ 12 ਵਜੇ ਪਈ ਭੈਣ ਜੀ ਅਮਨ ਨੇ ਦਵਾਈ ਖਾ ਲਈ ਆ ਤੁਸੀਂ ਆ ਜਾਓ ਅਸੀਂ ਜਦ ਪਹੁੰਚੇ ਉੱਥੇ ਮੈਂ ਕਿਹਾ ਕਿਹੜੇ ਹੋਸਪਿਟਲ NHS ਹੋਸਪਿਟਲ ਜਦ ਅਸੀਂ ਪਹੁੰਚੇ ਉੱਥੇ ਇਹ ਕੋਈ ਨਾ ਸੀ ਸਾਡੀ ਕੁੜੀ ਲਵਾਰਸ ਪਈ ਸੀ ਇਹ ਭੱਜੇ ਕਿਉਂ ਸਾਨੂੰ ਵੇਟ ਤਾਂ ਕਰਦੇ ਸਾਡੀ ਵੇਟ ਤਾਂ ਕਰਦੇ ਉੱਥੇ ਇਹ ਇਹਨਾਂ ਨੇ ਜੋ ਕੁਛ ਕੀਤਾ ਕੁੜੀ ਦਾ ਰਾਤ ਨੂੰ ਅਸੀਂ ਫੋਨ ਨਿਆਣਿਆਂ ਨੂੰ ਦੇਖੀ ਦੀ ਸੀ ਵੀਡੀਓ ਕਾਲ ਬੱਚਿਆਂ ਨਾਲ ਗੱਲ ਹੋਈ ਕੁੜੀ ਸਾਡੀ ਰੂਮ 'ਚ ਪਈ ਆ ਬੜੀ ਉਹਨੇ ਇੰਨੀ ਗੱਲ ਕਹੀ ਆ ਕਹਿੰਦੀ ਮੈਨੂੰ ਪਰੇਸ਼ਾਨ ਬਹੁਤ ਕਰਦੇ ਮੇਰਾ ਸਹੁਰਾ ਬਹੁਤ ਬੋਲਦਾ ਮੈਨੂੰ ਮਾਰ ਸਿੱਟਣਾ ਅਸੀਂ ਕਿਹਾ ਚੱਲ ਪੁੱਤ ਜੇ ਤੈਨੂੰ ਕੁਛ ਕਹਿੰਦਾ ਆ ਜਾਂ ਅਸੀਂ ਸਵੇਰੇ ਆਈਏ ਕਹਿੰਦੀ ਨਹੀਂ ਤੁਸੀਂ ਨਹੀਂ ਆਉਣਾ ਆਪੇ ਮੰਮੀ ਦੱਸਣਗੇ ਜੇ ਕੋਈ ਗੱਲ ਹੋ ਗਈ ਪਰ ਹਜੇ ਮੈਨੂੰ ਇਹ ਤਾਂ ਵੀ ਬਾਹਰੋਂ ਬੋਲ ਕੇ ਉਹ ਚਲਾ ਗਿਆ ਜੇਕਰ ਉਹ ਧਮਕੇ ਆਈ ਜਾਂਦਾ ਤੈਨੂੰ ਰਹਿਣ ਨਹੀਂ ਦੇਣਾ ਤੈਨੂੰ ਇੱਥੇ ਬਸਣ ਨਹੀਂ ਦੇਣਾ ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ 'ਚ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ ਕੀ ਤੁਸੀਂ ਪਰੇਸ਼ਾਨ ਹੋ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੁਰੂ ਜਵੇਰ ਖਾਨ ਸੰਪਰਕ ਕਰੋ 9868-2081 ਪਤਾ ਲੁਧਿਆਣਾ ਪੰਜਾਬ ਖੋਇਆ ਪਿਆਰ ਵਾਪਸ ਪਾਓ 24 ਘੰਟੇ 'ਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ 'ਚ ਧੋਖਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬਿਮਾਰੀ 'ਚ ਦਵਾ ਨਾ ਲੱਗਣਾ ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 9768-2081